ਹੈ ਉਹ ਆਪਾਂ ਬਾਅਦ 'ਚ ਊਂ ਤਾਂ ਪੀਂਦੇ ਨਹੀਂ ਅੱਜ ਇੱਕ ਪੈਗ ਵੀ ਲਾਵਾਂਗੇ ਨਵੀਂ ਦਾ ਵਿਆਹ ਹੈਗਾ ਉਦੋਂ ਸੁਣਾ ਦੂੰ ਮੀਆਂ ਮੇਰੇ ਤੇ ਹੁਣ ਇੱਕ ਮੈਂ ਆਪਦੀ ਮਰਜ਼ੀ ਦਾ ਸੁਣਾਉਣ ਲੱਗਾ ਉਦਵਾਸ਼ ਹੈ ਠੀਕ ਹੈ ਸੁਣਾ ਦੇ ਹੁਣ ਅੱਜ ਦਾ ਦੇਣੀ ਹੈ ਇੱਥੇ ਮਾੜਾ ਮੋਟਾ ਮਚਾ ਲਓ ਉਸ ਤੋਂ ਬਾਅਦ ਉਹਨੇ ਨਚਾਉਣਾ ਵੱਡੇ ਵੱਡੇ ਨੱਚਦੇ ਆ ਅਮਨ ਵੀ ਚੁਸਤਾ ਉੱਧਰ ਨੂੰ ਮੂੰਹ ਕਰ ਲਿਆ ਇੱਧਰ ਝਾਕੀ ਨਹੀਂ ਗਈ ਵੀ ਮੇਰੇ ਬਾਰੇ ਗੱਲ ਕਰ ਰਹੇ ਆ ਹਾਂਜੀ ਮੇਰਾ ਇੱਕ ਗਾਣਾ ਪਸੰਦੀਦਾ ਮਾਨ ਸਾਹਿਬ ਦਾ ਵੀ ਪਸੰਦੀਦਾ ਗਾਣਾ ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ ਵੇਖੀਆਂ ਕੁਝ ਵੀ ਸਮਝ ਨਾ ਸਕੀਆਂ ਉਹਦੇ ਦੋ ਬੋਲ ਉਦਵਾ ਸ਼ਹਿਰੀ ਮੇਰਾ ਛੋਟਾ ਵੀਰ ਜੀ ਤੁਹਾਡੀ ਸਭ ਦੇ ਰੂਬਰੂ ਸਾਰੇ ਤੁਸੀਂ ਸਾਹਮਣੇ ਖੜੇ ਹੋ ਯਾਰ ਕਿਆ ਬਾਤ ਹੈ ਕਿਆ ਮੇਲਾ ਵਿਆਜ ਮੇਲਾ ਹੀ ਹੈ ਮੇਰਾ ਮਨ ਪਸੰਦ ਹੈ ਗੀਤ ਮਾਨ ਸਾਹਿਬ ਇਹ ਜੇ ਟੱਪੇ ਫੇਰ ਲਿਖੋ ਕਰਨੇ ਹੈ ਇਹ ਤਲਵੰਡੀ ਭਾਈ ਮੋੜ ਤੇ ਰਾਤ ਨੂੰ 10 ਵਜੇ ਮੈਂ ਤੇ ਮਾਨ ਸਾਹਿਬ ਅਸੀਂ ਚੰਡੀਗੜ੍ਹ ਤੋਂ ਆਏ ਸੀ ਤੇ ਤਲਵੰਡੀ ਭਾਈ ਮੋੜ ਤੇ ਮੈਨੂੰ ਮਾਨ ਸਾਹਿਬ ਨੇ ਲਾਈਨ ਲਿਖਾਈ ਸੀ ਮੈਨੂੰ ਦੁਖੀ ਦਿਲ ਦੀਆਂ ਅਰਜ਼ਾਂ ਨੇ ਨਿੱਕੇ ਨਿੱਕੇ ਦੁੱਖ ਸੱਜਣਾ ਉਹ ਬਣ ਜਾਂਦੀਆਂ ਮਰਜ਼ਾਂ ਨੇ ਫਰੀਦਕੋਟ ਦਾ ਰਾਹ ਸੀ ਮੋੜ ਕੱਟਣ ਲੱਗੇ ਸੀ ਤੁਹਾਨੂੰ ਪਤਾ ਨਹੀਂ ਯਾਦ ਹੋਊ ਕਿ ਨਹੀਂ ਮੈਨੂੰ ਐਗਜੈਕਟਲੀ ਉਹ ਜਗ੍ਹਾ ਸੁਪਰ
ਗੱਲ ਹੀ ਆਈ ਹੈ। ਪਰ ਸ਼ੈਰੀ ਨੇ ਸਵਾਦ ਲਿਆਤਾ, ਕਿਆ ਬਾਤ, ਸਾਰੀ ਯਾਦ ਹੈ ਤੇਰੀ, ਕਿਆ ਬਾਤ ਹੈ, ਮੈਨੂੰ ਤੇਰੇ ਸਾਰੇ ਗਾਣੇ ਯਾਦ ਹੈ, ਕਦੇ ਕੋਰਸ ਤੇ ਗਵਾ ਕੇ ਦੇਖੀ ਮੈਨੂੰ। ਹਾਂਜੀ ਹਾਂਜੀ, ਤੁਹਾਡਾ ਕਾਲਜਾ ਠਰ ਗਿਆ, ਸਾਡਾ ਕਾਲਜਾ ਠਰ ਗਿਆ ਜੀ। ਮੈਂ ਯਕੀਨ ਮੰਨਿਓ ਜੀ, ਰੱਬ ਜਾਣਦਾ ਮੇਰੀ 22-23 ਘੰਟੇ ਦੀ ਫਲਾਈਟ ਸੀ ਅਤੇ ਮੈਂ ਸਿਰਫ 2.5 ਘੰਟੇ ਸੁੱਤਾ, ਅਤੇ ਮੋਹਾਲੀ ਦਿੱਲੀ ਤੋਂ ਮੋਹਾਲੀ ਰਾਤ ਧੁੰਦ ਵੀ ਸੀ ਅਤੇ ਫਿਰ ਮੋਹਾਲੀ ਤੋਂ ਇੱਥੇ। ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਅਤੇ ਆਪਦੇ ਇਲਾਕੇ ਦਾ ਮੋਹ ਹੀ ਵੱਖਰਾ ਹੁੰਦਾ, ਮੇਰਾ ਰੱਬ ਜਾਣਦਾ ਮੈਨੂੰ ਫਰੀਦਕੋਟ ਜਾ ਕੇ ਕਿੰਨੀ ਖੁਸ਼ੀ ਹੈ ਜੀ। ਦੁਨੀਆ 'ਚ ਜਿੱਥੇ ਮਰਜ਼ੀ ਫਿਰ ਲਈਏ, ਇਹ ਫਰੀਦਕੋਟ, ਬਠਿੰਡਾ, ਬਾਜਾ ਖਾਨਾ, ਇਹ ਮਰਾੜ, ਸਾਦਕ, ਰੋਡੇ ਲੰਡੇ, ਰੋਡੇ ਲੰਡੇ, ਲੰਡੇ ਰੋਡੇ, ਸਹੀ ਗੱਲ ਹੈ। ਇਹ ਇਹ ਪਿੰਡਾਂ ਵਿੱਚ ਇਹ ਰਸਤਿਆਂ ਦੇ ਨਾਲ ਮੋਹ ਹੀ ਇਲਾਕਾ ਸੀ ਸਾਡਾ, ਜਦੋਂ ਗੱਡੀ ਚਾਹੀਦਾ। ਸ਼ੈਰੀ ਇਹ ਵੀ ਨਾਲ ਗਾਉਣਾ ਹੈ। ਥੈਂਕ ਯੂ। ਹਾਂਜੀ, ਤੁਹਾਨੂੰ ਮੈਂ ਚਲੋ ਮਿਰਜ਼ੇ ਦੇ ਦੋ ਬੋਲ ਸੁਣਾ ਦਿੰਦਾ। ਮਿਰਜ਼ੇ ਕਰਕੇ ਮੈਂ ਐਕਟਰ ਬਣਿਆ ਅਤੇ ਸੰਤੋਜ ਮਾਨ ਨੇ ਉਹ ਐਸਾ ਮਿਰਜ਼ਾ ਫਿਲਮਾਇਆ ਅਤੇ ਐਸਾ ਮੈਂ ਇੱਥੋਂ ਕੰਮ ਕਰਾਇਆ। ਉਸ ਤੋਂ ਬਾਅਦ ਮੈਨੂੰ ਫਿਲਮ ਆਫਰ ਹੋਈ ਜੀ ਅਤੇ ਅੱਜ ਪੰਜਾਬੀ ਸਿਨੇਮਾ ਬਹੁਤ ਅੱਗੇ ਵਧਿਆ ਅਤੇ ਅੱਜ ਸ਼ੈਰੀ ਲਈ ਵੀ ਅਜੇ ਸ਼ਾਇਦ ਸਰਪ੍ਰਾਈਜ਼ ਹੋਵੇ। ਮੈਂ ਭਰੀ ਸਭਾ ਦੇ ਵਿੱਚ ਇਕੱਠ ਜੀ ਨੂੰ ਕਹਿ ਦਿੰਦਾ ਵੀ ਸੰਤੋਜ ਬਾਈ ਹੋਰੀ ਅਗਲੀ ਫਿਲਮ ਆਪਾਂ ਨੂੰ ਲੈ ਕੇ ਦਿਮਾਗ 'ਚ ਇੱਕ ਸਕ੍ਰਿਪਟ ਤਿਆਰ ਕਰੀ ਬੈਠੇ ਹਾਂ, ਪਰ ਅਸੀਂ ਜ਼ਬਰਦਸਤੀ ਨਹੀਂ ਕਰਨੀ, ਕਿਉਂਕਿ ਸਕ੍ਰਿਪਟ ਪਹਿਲਾਂ ਸੁਣ ਕੇ ਫਿਰ ਉਹਦੇ ਲਈ ਹਾਂ ਕਰਨੀ ਚਾਹੀਦੀ ਹੈ ਕਿ ਹਾਂ ਇਹ ਮੈਨੂੰ ਜੱਚਦੀ ਹੈ ਜਾਂ ਨਹੀਂ ਜੱਚਦੀ। ਜਦੋਂ ਅਸੀਂ ਉਹ ਸੋਚ ਕੇ ਫਿਲਮ ਕਰਦੇ ਨੇ ਜੀ, ਫਿਰ ਫਿਲਮ ਬਾਕਸ ਆਫਿਸ ਦਾ ਤਾਂ ਕੋਈ ਗਰੰਟੀ ਨਹੀਂ ਹੁੰਦੀ, ਪਰ ਹਾਂ ਇਹ ਜ਼ਰੂਰ ਹੋ ਕੇ ਦੇਖ ਕੇ ਜਦੋਂ ਵੀ ਤੁਸੀਂ ਦੇਖੋਗੇ ਕਹੋਗੇ ਕਿ ਮਜ਼ਾ ਆ ਗਿਆ। ਅਤੇ ਮੇਰਾ ਖਿਆਲ ਹੈ ਕਿ ਸ਼ੈਰੀ ਨੂੰ ਮਜ਼ਾ ਆਊ। ਹਾਣੀ ਦੇ ਵਿੱਚ ਵੀ ਉਦੋਂ ਫਾਕਣ ਹੋ ਨਹੀਂ ਸਕਿਆ, ਜਿਹੜਾ ਮੇਰਾ ਪੋਤਾ ਬਣਦਾ ਉਹ ਪਹਿਲਾਂ ਸ਼ੈਰੀ ਨੂੰ ਸੁਣਾਈ ਸੀ, ਇੱਕ ਤਾਂ ਜ਼ਿਆਦਾ ਹੋ ਜਾਣਾ ਸੀ, ਮੈਂ ਇਹਦੇ ਦਾਦਾ ਬਣਨ ਨੂੰ ਤਿਆਰ ਹਾਂ, ਤੈਨੂੰ ਪੋਤਾ ਬਣਨ 'ਚ ਕੀ ਪ੍ਰੋਬਲਮ ਸੀ। ਸੋ ਮਿਰਜ਼ਾ ਮਗਰਾ ਨੱਚ ਟੱਪ ਲੈਣ ਦੇ ਜੀ, ਕਾਹਨੂੰ ਹੋ ਇੱਕ ਗਾਣਾ ਮੈਨੂੰ ਚੱਲ ਜੱਗ ਜੰਕਸ਼ਨ, ਜੱਗ ਜੰਕਸ਼ਨ ਉਹਦੇ ਸਭ ਦਾ ਰਾਂਝਾ ਰਾਜ਼ੀ ਹੋ ਜਾਓ, ਉਸ ਤੋਂ ਬਾਅਦ ਇੱਕ ਮੈਂ ਆਪਦੀ ਮਰਜ਼ੀ ਦਾ ਫਿਰ ਸ਼ੈਰੀ। ਆ ਜਾ ਵੀ ਭਤੀਜ,